ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸलाम नमस्कार ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਚਾਹਦੇ ਉੱਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਜੇ ਚੰਗੀ ਲੱਗੇ ਤੇ ਜਿਹੜਾ ਲਾਈਕ ਸ਼ੇਅਰ ਜਰੂਰ ਕਰਿਓ ਬਾਕੀ ਜਿਹੜੀ ਪਹਿਲੀ ਨਿਊਜ਼ ਹੈ ਜੀ ਪਹਿਲਾ ਅਪਡੇਟ ਇਟਲੀ ਦੇ ਵਾਸਤੇ ਆਇਆ ਹੈ ਇਟਲੀ ਦੇ ਵਾਸਤੇ ਇੱਕ ਗੁੱਡ ਨਿਊਜ਼ ਹੈ ਜਿੱਦਾਂ ਕਿ ਪਿਛਲੇ 2 ਸਾਲਾਂ ਤੋਂ ਜਿਹੜੀ ਇਨਫਲੇਸ਼ਨ ਸੀ ਮੁਦਰਾ ਸਫੀਤੀ ਦਰ ਇਹ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਪੂਰੇ ਯੂਰਪ ਦੇ ਵਿੱਚ ਵੀ ਵਧੀ ਸੀ ਤੇ ਇਟਲੀ ਦੇ ਵਿੱਚ ਵੀ ਵਧੀ ਸੀ ਜਦੋਂ ਮੁਦਰਾ ਸਫੀਤੀ ਵੱਧਦੀ ਹੈ ਤਾਂ ਕੀ ਹੁੰਦਾ ਹੈ ਕਿ ਅੱਜ ਕੋਈ ਚੀਜ਼ ਦਾ ਰੇਟ ਮੰਨ ਲਓ 10 ਯੂਰੋ ਹੈ ਤੇ ਜਦੋਂ ਮੁਦਰਾ ਸਪੀਤੀ ਦਾ ਰੇਟ ਜਿਆਦਾ ਉੱਚਾ ਹੁੰਦਾ ਹੈ ਤੇ ਜਿਹੜੀ ਰੇਟ ਹੈ ਜੀ ਅਗਲੇ ਹਫ਼ਤੇ ਤੁਹਾਨੂੰ ਉਹੀ ਚੀਜ਼ ਜਿਹੜੀ 10.5 ਯੂਰੋ ਦੀ ਮਿਲਦੀ ਹੈ ਉਸ ਤੋਂ ਅਗਲੇ ਹਫ਼ਤੇ ਹੋ ਸਕਦਾ ਹੈ ਕਿ ਪੌਣੇ 11 ਦੀ ਹੋ ਜਾਏ ਇਸ ਤਰ੍ਹਾਂ ਜਿਹੜੇ ਰੇਟ ਚੀਜ਼ਾਂ ਦੇ ਵੱਧਦੇ ਜਾਂਦੇ ਹਨ ਪਰੰਤੂ ਇਟਲੀ ਦੀ ਇਕਨੋਮੀ ਦੇ ਵੱਲੋਂ ਇੱਕ ਗੁੱਡ ਨਿਊਜ਼ ਆਈ ਹੈ ਕਿ ਜਿਹੜਾ ਇੱਥੋਂ ਦਾ ਇਨਫਲੇਸ਼ਨ ਰੇਟ ਹੈ ਜੀ ਯੂਰਪ ਦੇ ਐਵਰੇਜ ਰੇਟ ਨਾਲੋਂ ਵੀ ਘਟ ਚੁੱਕਾ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਕਤੂਬਰ 2022 ਦੇ ਵਿੱਚ ਇਟਲੀ ਦਾ ਜਿਹੜਾ ਇਨਫਲੇਸ਼ਨ ਰੇਟ 11 ਜਿਹੜਾ ਕਿ ਹੁਣ ਮਾਰਚ 2024 ਜਿਹੜਾ ਕਿ ਮਹੀਨਾ ਬੀਤ ਚੁੱਕਾ ਹੈ ਇਹਦੇ ਵਿੱਚ 1.3 ਦੇ ਉੱਤੇ ਆਇਆ ਹੈ ਸੋ ਇਹ ਇੱਕ ਜਿਹੜੀ ਬਹੁਤ ਵੱਡੀ ਗੁੱਡ ਨਿਊਜ਼ ਹੈ ਕਿਉਂਕਿ ਕਈਆਂ ਲੋਕਾਂ ਨੂੰ ਸ਼ਾਇਦ ਇਹਦੇ ਬਾਰੇ ਨਹੀਂ ਪਤਾ ਜੇ ਇਨਫਲੇਸ਼ਨ ਰੇਟ ਜਿੰਨਾ ਜ਼ਿਆਦਾ ਘਟੇਗਾ ਮਹਿੰਗਾਈ ਜਿਹੜੀ ਉਨੀ ਜ਼ਿਆਦਾ ਘਟੇਗੀ ਚੀਜ਼ਾਂ ਦੇ ਰੇਟ ਜਿਹੜੇ ਹਨ ਸਟੇਬਲ ਰਹਿਣਗੇ ਤੇ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਦੱਸੀ ਇਟਲੀ ਦੇ ਵਾਸਤੇ ਕਿ ਮਾਰਚ 2024 ਜਿਹੜੀ ਇਟਲੀ ਦੇ ਵਿੱਚ ਬਰੋਜਗਾਰੀ ਦਰ ਹੈ ਜੀ ਬਿਲਕੁਲ ਜ਼ਿਆਦਾ ਘਟ ਚੁੱਕੀ ਹੈ ਹੁਣ ਇਸ ਟਾਈਮ ਇਟਲੀਮ ਜਿਹੜੀ ਬਰੋਜਗਾਰੀ ਦਰ ਇਟਲੀ ਵਿੱਚ 7.2 ਦੇ ਉੱਤੇ ਆ ਚੁੱਕੀ ਹੈ ਜਨਵਰੀ 2024 ਦਾ ਇਹ ਅੰਕੜਾ ਹੈ ਪਿਛਲੇ 16 ਸਾਲਾਂ ਵਿੱਚ ਵੀ ਕਦੀ ਦੱਸਿਆ ਗਿਆ ਹੈ ਕਿ ਇੰਨੀ ਜਿਹੜੀ ਬਰੋਜਗਾਰੀ ਦੀ ਦਰ ਕਦੀ ਨਹੀਂ ਘਟੀ ਹੁਣ ਜਿਹੜੀ ਤੁਹਾਨੂੰ ਇੱਕ ਹੋਰ ਪ੍ਰੋਡੈਕਸ਼ਨ ਦੱਸਦੀ ਹੈ ਜਿਹੜੀ ਕਿ ਜਿਹੜੇ ਅਰਥਸ਼ਾਸਤਰੀ ਹੁੰਦੇ ਨੇ ਉਹਨਾਂ ਨੇ ਇਟਲੀ ਦੇ ਵਾਸਤੇ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਟਲੀ ਜਿਹੜਾ ਹੈ ਜੀ 2024 ਦੇ ਵਿੱਚ ਜਿਹੜੀ ਇੱਥੋਂ ਦੀ ਪ੍ਰੋਜੈਕਟਡ ਕੀਤੀ ਇਨਫਲੇਸ਼ਨ ਹੈ ਜੀ 2.0% ਰਹਿ ਸਕਦੀ ਹੈ ਤੇ 2025 ਦੇ ਵਿੱਚ ਜਿਹੜੀ ਮਹਿੰਗਾਈ ਹੈ ਦੁਬਾਰਾ ਥੋੜੀ ਜਿਹੀ ਵਧਣ ਦੇ ਚਾਂਸ ਹਨ 2.3 ਤੱਕ ਪਹੁੰਚ ਸਕਦੀ ਹੈ 인ਫਲੇਸ਼ਨ ਅਗਲੀ ਖਬਰ ਜਿਹੜੀ ਹੈ ਜੀ ਇੱਕ ਰਿਪੋਰਟ ਛਾਪੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਆਦਾ ਪੜ੍ਹੇ ਲਿਖੇ ਲੋਕ ਜਿਹੜੇ ਕਿਹੜੇ ਦੇਸ਼ ਦੇ ਵਿੱਚ ਹਨ ਇਹਨਾਂ ਨੇ ਜਿਹੜੀ ਰਿਪੋਰਟ ਛਾਪੀ ਹੈ ਉਹਦੇ ਵਿੱਚ ਕੁਝ 10 ਦੇਸ਼ਾਂ ਦੇ ਜਿਹੜੇ ਨਾਮ ਇਹਨਾਂ ਨੇ ਦੱਸੇ ਹਨ ਹੁਣ ਇਥੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ 10ਵੇਂ ਨੰਬਰ ਦੇ ਉੱਤੇ ਜਿਹੜਾ ਆ ਰਿਹਾ ਹੈ ਆਸਟ੍ਰੇਲੀਆ 54% ਲੋਕ ਇਥੋਂ ਦੇ ਪੜ੍ਹੇ ਲਿਖੇ ਹਨ 9ਵੇਂ ਨੰਬਰ ਤੇ ਨਾਰਵੇ ਆ ਰਿਹਾ ਹੈ 55% ਨੀਦਰਲੈਂਡ ਜਿਹੜਾ ਹੈ ਜੀ 8ਵੇਂ ਨੰਬਰ ਦੇ ਉੱਤੇ 56% ਦੇ ਨਾਲ ਇਹ ਵਰਲਡ ਦੀ ਆਪਾਂ ਗੱਲ ਕਰ ਰਹੇ ਹਾਂ ਲਿਥੂਨੀਆ 57% ਉਸ ਤੋਂ ਬਾਅਦ ਇੰਗਲੈਂਡ ਦਾ ਨੰਬਰ 8 ਜੀ ਨੰਬਰ 6 57% ਇੰਗਲੈਂਡ ਦੇ ਲੋਕ ਜਿਹੜੇ ਪੜੇ ਲਿਖੇ ਹਨ ਲਕਜ਼ਮਬਰਗ ਜਿਹੜਾ ਨੰਬਰ 5 ਦੇ ਉੱਤੇ ਆਉਂਦਾ ਹੈ 63% ਆਇਰਲੈਂਡ ਵੀ 33% ਹੈ ਤੇ ਜਾਪਾਨ ਦੇ ਜਿਹੜੇ ਤੀਸਰੇ ਨੰਬਰ ਤੇ ਆਉਂਦਾ ਹੈ 65% ਲੋਕ ਜਿਹੜੇ ਇੱਥੋਂ ਦੇ ਪੜੇ ਲਿਖੇ ਹਨ ਕੈਨੇਡਾ ਜਿਹੜਾ ਦੂਸਰੇ ਨੰਬਰ ਤੇ ਆਉਂਦਾ ਹੈ 68% ਪੜੇ ਲਿਖੇ ਲੋਕਾਂ ਦੇ ਨਾਲ ਤੇ ਸਾਊਥ ਕੋਰੀਆ ਜਿਹੜਾ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਥੋਂ ਦੇ ਜਿਹੜੇ ਲੋਕ ਹਨ ਜੀ ਮਤਲਬ ਪੜੇ ਲਿਖੇ ਹਨ ਇਹਨਾਂ ਦੀ ਜਿਹੜੀ ਪਰਸੈਂਟੇਜ ਹੈ 69% ਬਣਦੀ ਹੈ ਹੁਣ ਗੱਲ ਕਰਦੇ ਹਾਂ ਜੀ ਨੈਕਸਟ ਅਪਡੇਟ ਦੀ ਤੁਸੀਂ ਕੁਝ ਸਮਾਂ ਪਹਿਲਾਂ ਜਿਹੜੀ ਗੱਲ ਸੁਣੀ ਸੀ ਕਿ ਪਟਿਆਲਾ ਦੇ ਵਿੱਚ ਜਨਮ ਦਿਨ ਸੀ ਤੇ ਉਸ ਮੌਕੇ ਜਿਹੜਾ ਕੇਕ ਮੰਗਵਾਇਆ ਗਿਆ ਸੀ ਕੇਕ ਖਾਣ ਦੇ ਨਾਲ ਇੱਕ 10 ਸਾਲ ਦਾ ਬੱਚੀ ਜਿਸ ਦਾ ਨਾਮ ਮਨਵੀ ਸੀ ਉਸ ਦੀ ਜਿਹੜੀ ਮੌਤ ਹੋਈ ਸੀ ਹੁਣ ਇਹਦੇ ਵਿੱਚ ਇਹ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਜਿਹੜਾ ਕਾਰਨ ਹੈ ਇਸ ਚੀਜ਼ ਦਾ ਕੀ ਹੈ ਹੁਣ ਜਿਹਦੇ ਉੱਤੇ ਇਸ ਚੀਜ਼ ਦੇ ਉੱਤੇ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਜਿਸ ਬੇકરી ਤੋਂ ਜਿਹੜਾ ਇਹ ਕੇਕ ਖਰੀਦਿਆ ਗਿਆ ਸੀ ਉਹ ਜਿਹੜੇ ਤਾਜ਼ਾ ਕੇਕ ਲੋਕਾਂ ਨੂੰ ਨਹੀਂ ਵੇਚਦਾ ਸੀ ਉਹ ਜਿਹੜਾ ਬੇਕਰੀ ਵਾਲਾ ਕੀ ਕਰਦਾ ਸੀ ਕਿ 30 ਤੋਂ ਲੈ ਕੇ 40 ਤੱਕ ਜਿਹੜੇ ਅਧ ਪੱਕੇ ਕੇਕ ਬਣਾ ਕੇ ਰੱਖ ਲੈਂਦਾ ਸੀ ਤੇ ਬਾਅਦ ਵਿੱਚ ਇਹਨਾਂ ਨੂੰ ਘੱਟ ਟੈਂਪਰੇਚਰ ਤੇ ਜਿਹੜਾ ਫ੍ਰਿਜ ਦੇ ਵਿੱਚ ਸਟੋਰ ਕਰ ਦਿੱਤਾ ਜਾਂਦਾ ਸੀ ਜਿੱਦਾਂ ਸ਼ਾਇਦ ਤੁਸੀਂ ਇਟਲੀ ਵਿੱਚ ਵੀ ਦੇਖਿਆ ਹੋਵੇਗਾ ਕਿ ਜਿਹੜੇ ਕੁਝ ਪੀਸਾ ਵਗੈਰਾ ਹੁੰਦੇ ਹਨ ਜਿਹੜੇ ਕੀ ਤਕਰੀਬਨ ਆਪਾਂ ਘਰ ਦੇ ਵਿੱਚ ਥੋੜੀ ਜਿਹੀ ਹੀਟ ਦੇ ਨਾਲ ਇਹਨਾਂ ਨੂੰ ਗਰਮ ਕਰਦੇ ਹਾਂ ਪੀਸੇ ਸੁਰਜ ਲਾਤੇ ਜਿਹੜੇ ਕੀ ਤਕਰੀਬਨ ਫ੍ਰਿਜ ਦੇ ਵਿੱਚ ਰੱਖੇ ਹੁੰਦੇ ਹਨ ਠੰਡੇ ਇਸੇ ਤਰ੍ਹਾਂ ਜਿਹੜੇ ਕੇਕਸ ਹਨ ਇਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਜਦੋਂ ਕੋਈ ਆਰਡਰ ਆਉਂਦਾ ਸੀ ਤੇ ਉਸ ਟਾਈਮ ਜਿਹੜਾ ਇਹਨਾਂ ਨੂੰ ਸਜਾ ਕੇ ਜਿਹੜਾ ਥੋੜਾ ਭੇਜ ਦਿੱਤਾ ਜਾਂਦਾ ਸੀ ਘਰਾਂ ਦੇ ਵਿੱਚ ਬੇਕਰੀ ਦੇ ਮੁਲਾਜ਼ਮਾਂ ਵੱਲੋਂ ਵੀ ਦੱਸਿਆ ਗਿਆ ਕਿ ਜਿਹੜਾ ਕੇਕ ਚੈੱਕ ਨਹੀਂ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪੁਲਿਸ ਨੇ ਜਿਹੜੇ ਤਿੰਨ ਮੁਲਜ਼ਮ ਜਿਹੜੇ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਜਿਹੜੇ ਗ੍ਰਿਫਤਾਰ ਕੀਤੇ ਸਨ ਤੇ ਉਹਨਾਂ ਜਿਹੜੇ ਤਿੰਨ ਮੁਲਜ਼ਮਾਂ ਨੇ ਇਹ ਜਿਹੜੀ ਗੱਲ ਦੱਸੀ ਹੈ ਹੁਣ ਚਲਦੇ ਹਾਂ ਜੀ ਨੈਕਸਟ ਅਪਡੇਟ ਦੇ ਉੱਪਰ ਇੱਕ ਨਾਈਟ ਕਲੱਬ ਜਿਹਦੇ ਵਿੱਚ ਇੱਕ ਮਰੰਮਤ ਵਗੈਰਾ ਦਾ ਕੰਮ ਚੱਲ ਰਿਹਾ ਸੀ ਤੇ ਅਚਾਨਕ ਜਿਹੜੀ ਮਰੰਮਤ ਕਰਦਿਆਂ ਹੀ ਉੱਥੇ ਜਿਹੜ ਇਸ ਤਰ੍ਹਾਂ ਸੀ ਕਿ ਇੱਕ 16 ਮੰਜ਼ਲੀ ਇਮਾਰਤ ਸੀ ਤੇ ਮੰਜ਼ਲ ਜਿਹੜੀ ਸੀ ਬਿਲਕੁਲ ਹੇਠਲੀ ਮਤਲਬ ਕਿ ਇਮਾਰਤ ਦੀ ਜਿਹੜੀ ਸਭ ਤੋਂ ਜਿਹੜਾ ਬੇਸ ਜ਼ਮੀਨੀ ਪੱਧਰ ਤੇ ਜਿਹੜੀ ਇੱਕ ਬਿਲਡਿੰਗ ਬਣੀ ਹੋਈ ਸੀ ਲੈਵਲ ਪਹਿਲਾ ਜਿਹੜਾ ਉਹਦੇ ਵਿੱਚ ਜਿਹੜਾ ਨਾਈਟ ਕਲੱਬ ਬਣਾਇਆ ਗਿਆ ਸੀ ਹੁਣ ਜਦ ਉਹਦੇ ਵਿੱਚ ਕੁਝ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਚਾਣ ਕੇ ਜਿਹੜੀ ਅੱਗ ਲੱਗਦੀ ਹੈ ਜਿਹਦੇ ਵਿੱਚ 25 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਹੋਰ ਲੋਕ ਜਿਹੜੇ ਹਨ ਜ਼ਖਮੀ ਹੋਏ ਹਨ ਅੱਗ ਦੇ ਨਾਲ ਝੁਲਸੇ ਹਨ ਜਿਨ੍ਹਾਂ ਦੀ ਜਿਹੜੀ ਗਿਣਤੀ ਹੈ ਜੀ ਦੱਸਿਆ ਗਿਆ ਕਿ 7 ਦੇ ਕਰੀਬ ਹੈ ਇਹ ਜਿਹੜੇ ਇੰਨੇ ਲੋਕ ਉਸ ਟਨ ਜਿਹੜੇ ਅੰਦਰ ਕੰਮ ਕਰ ਰਹੇ ਸਨ ਇਹ ਮਤਲਬ ਕਿ ਰਿਪੇਅਰ ਵਗੈਰਾ ਦਾ ਕੰਮ ਕਰ ਰਹੇ ਸਨ ਤੇ ਇਹਨਾਂ ਨੂੰ ਜਿਹੜਾ ਭੱਜਣ ਦਾ ਉਥੋਂ ਮੌਕਾ ਹੀ ਨਹੀਂ ਮਿਲਿਆ ਇਹ ਇੱਕ ਘਟਨਾ ਜਿਹੜੀ ਇੱਕ ਬੈਡ ਨਿਊਜ਼ ਹੈ ਜੀ ਤੁਰਕੀ ਤੋਂ ਆਈ ਹੈ ਹੁਣ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਹਸਪਤਾਲਾਂ ਨਾਲ ਸਬੰਧਤ ਜਿਹੜੀ ਖਬਰ ਹੈ ਤੇ ਨਾਲ ਹੀ ਜਿਹੜਾ ਯੂਕੇ ਦੇ ਨਾਲ ਇਹ ਸਬੰਧਤ ਖਬਰ ਹੈ ਜਿਹੜਾ ਉੱਥੋਂ ਦੀ ਨੈਸ਼ਨਲ ਹੈਲਥ ਸਰਵਿਸ ਹੈ ਜਿਨ੍ਹਾਂ ਨੇ ਜਿਹੜੇ ਅੰਕੜੇ ਜਾਰੀ ਕੀਤੇ ਹਨ ਉਹਨਾਂ ਨੇ ਦੱਸਿਆ ਹੈ ਕਿ ਐਮਰਜੈਂਸੀ ਜਿਹੜੇ ਡਿਪਾਰਟਮੈਂਟ ਹੁੰਦੇ ਹਨ ਹਸਪਤਾਲਾਂ ਦੇ ਵਿੱਚ ਪਿਛਲੇ ਸਾਲ ਤਕਰੀਬਨ ਜੁਕੇ ਦੇ ਵਿੱਚ 15 ਲੱਖ ਲੋਕਾਂ ਨੇ ਜਿਹੜੇ ਉੱਥੇ 12 ਘੰਟੇ ਜਾਂ ਇਸ ਤੋਂ ਵੱਧ ਸਮਾਂ ਜਿਹੜੀ ਅਡੀਕ ਕੀਤੀ ਆਪਣਾ ਨੰਬਰ ਆਉਣ ਦੇ ਵਾਸਤੇ ਇੱਥੇ ਤੱਕ ਵੀ ਦੇਖਿਆ ਗਿਆ ਕਿ ਜਿਹੜੇ ਲੋਕ ਐਂਬੂਲੈਂਸਾਂ ਦੇ ਵਿੱਚ ਆਉਂਦੇ ਸਨ ਉਹ ਐਂਬੂਲੈਂਸਾਂ ਦੇ ਵਿੱਚ ਹੀ ਪਏ ਰਹਿੰਦੇ ਸਨ ਤੇ 12-12 ਘੰਟੇ ਤੱਕ ਦਾ ਜਿਹੜਾ ਵੇਟ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਜਿਹੜੀ ਗੱਲ ਹੈ ਜੀ ਇੱਥੇ ਹੀ ਖਤਮ ਨਹੀਂ ਹੁੰਦੀ ਇਹਦੇ ਵਿੱਚ ਹੀ ਦੱਸਿਆ ਗਿਆ ਕਿ 2023 ਦੇ ਵਿੱਚ ਹਰ ਹਫ਼ਤੇ ਤਕਰੀਬਨ 268 ਬੰਦਿਆਂ ਦੀ ਮੌਤ ਇਸੇ ਕਰਕੇ ਹੋਈ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਸਮੇਂ ਦੇ ਉੱਤੇ ਇਲਾਜ ਨਹੀਂ ਮਿਲਿਆ ਤਿਰਨ ਨੂੰ ਲੰਬਾ ਸਮਾਂ ਜਿਹੜਾ ਵੇਟਿੰਗ ਦੇ ਵਿੱਚ ਰੱਖਿਆ ਗਿਆ ਜਿਹੜੀ ਐਵਰੇਜ ਨਿਕਲ ਕੇ ਆਈ ਹੈ 268 ਬੰਦੇ ਹਰ ਹਫ਼ਤੇ ਜਿਨ੍ਹਾਂ ਦੀ ਮੌਤ ਹੋਈ ਹੈ ਦੇਖਿਆ ਜਾਵੇ ਤਾਂ ਇੱਕ ਮਹੀਨੇ ਵਿੱਚ ਤਕਰੀਬਨ 1000 ਕੋ ਬੰਦਾ ਹਸਪਤਾਲਾਂ ਵਿੱਚ ਸਿਰਫ ਲੇਟ ਹੋਣ ਦੀ ਵਜ੍ਹਾ ਦੇ ਨਾਲ ਹੀ ਜਿਹੜਾ ਦਮ ਤੋੜਿਆ ਹੈ ਬਾਕੀ ਹੁਣ ਚੱਲਦੇ ਹਾਂ ਜੀ ਨੈਕਸਟ ਅਪਡੇਟ ਜਿਹਦੇ ਤੇ ਜਰਮਨ ਦੇ ਨਾਲ ਸਬੰਧਿਤ ਹੈ ਜਰਮਨ ਦੇ ਵਿੱਚ ਜਿਹੜੀ ਭੰਗ ਦੀ ਖੇਤੀ ਹੈ ਜਿਸ ਨੂੰ ਜਿਹੜੀ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ ਹੁਣ ਇੱਥੇ ਭੰਗ ਦੀ ਖੇਤੀ ਵੀ ਹੋਵੇਗੀ ਤੇ ਜਿਹੜੀ ਇਸ ਦੀ ਵਰਤੋਂ ਹੈ ਜੀ ਇਸ ਨੂੰ ਵੀ ਕਾਨੂੰਨੀ ਮਾਨਤਾ ਮਿਲੀ ਹੈ ਇਸ ਤੋਂ ਯੂਰਪ ਦੇ ਵਿੱਚ ਜਿਹੜਾ ਜਰਮਨ ਹੈ ਜੀ ਭੰਗ ਦੀ ਵਰਤੋਂ ਤੇ ਖੇਤੀ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣ ਚੁੱਕਾ ਹੈ ਹੁਣ 1 ਜੁਲਾਈ 2024 ਤੋਂ ਇਥੇ ਕਾਨੂੰਨੀ ਤੌਰ ਤੇ ਜਿਹੜਾ ਇਹ ਜੀ ਗੰਜਾ ਵਗੈਰਾ ਮਿਲੇਗਾ ਜਿਹੜੇ ਨਵੇਂ ਕਾਨੂੰਨ ਦੱਸਿਆ ਗਿਆ ਕਿ ਜੋ ਮੀਡੀਆ ਰਿਪੋਰਟਾਂ ਆਈਆਂ ਉਹਦੇ ਵੀ ਦੱਸਿਆ ਗਿਆ ਕਿ ਜਰਮਨ ਦੇ ਨਵੇਂ ਕਾਨੂੰਨ ਦੇ ਤਹਿਤ 21 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕ ਹੋਣਗੇ ਮਤਲਬ ਕਿ ਬਾਲਗ 18 ਸਾਲ ਤੋਂ ਜ਼ਿਆਦਾ ਤੇ 21 ਤੋਂ ਘੱਟ ਇਹ ਹੁਣ ਹਰ ਮਹੀਨੇ ਜਿਹੜਾ 30 ਗ੍ਰਾਮ ਤੱਕ ਜਿਹੜੀ ਭੰਗ ਆਪਣੇ ਕੋਲ ਰੱਖ ਸਕਦੇ ਹਨ ਇਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਜਾਵੇਗੀ ਦੇਸ਼ ਦੇ ਕਈ ਜਿਹੜੇ ਵਿਰੋਧੀ ਨੇਤਾ ਸਨ ਉਹਨਾਂ ਨੇ ਤੇ ਮੈਡੀਕਲ ਸੰਗਠਨ ਜਿਹੜੇ ਸਨ ਇਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਹੁਣ ਟਾਈਮ ਹੋ ਗਿਆ ਹੈ ਜੀ ਕਰੰਸੀ ਰੇਟ ਦੇਖਣ ਦਾ 1 ਯੂਰੋ ਦਾ ਰੇਟ 99 ਰੁਪਏ 77 ਪੈਸੇ ਚੱਲ ਰਿਹਾ ਰੇਟ ਜਿਹੜਾ ਹੈ ਜੀ ਘਟ ਚੁੱਕਾ ਹੈ ਇੰਗਲੈਂਡ ਦਾ 1 ਪਾਉਂਡ 104 ਰੁਪਏ 82 ਪੈਸੇ ਨਿਊਜ਼ੀਲੈਂਡ ਦਾ ਡਾਲਰ 49 ਰੁਪਏ 73 ਪੈਸੇ ਤੇ ਆਸਟ੍ਰੇਲੀਅਨ ਡਾਲਰ 54 ਰੁਪਏ 29 ਪੈਸੇ ਅਮਰੀਕਨ ਡਾਲਰ 83 ਰੁਪਏ 36 ਪੈਸੇ ਤੇ ਕੈਨੇਡਾ ਦਾ ਡਾਲਰ 68 ਰੁਪਏ 42 ਪੈਸੇ ਦੇ ਉੱਤੇ ਚੱਲ ਰਿ ਤੇ ਬਿਟਕੋਇਨ ਜਿਹੜਾ ਹੈ ਜੀ ਘਟਣਾ ਸ਼ੁਰੂ ਹੋ ਚੁੱਕਾ ਹੈ 65321 ਦੇ ਉੱਤੇ ਆ ਚੁੱਕਾ ਹੈ ਪਹਿਲਾਂ ਇਹ 70000 ਤੋਂ ਉੱਪਰ ਚੱਲ ਰਿਹਾ ਸੀ ਅਗਲੀ ਖਬਰ ਜਿਹੜੀ ਹੈ ਜੀ ਇੱਕ ਪੰਜਾਬ ਦੇ ਨੌਜਵਾਨ ਦੇ ਨਾਲ ਸੰਬੰਧਿਤ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਨੌਜਵਾਨ ਗਿਆ ਹੋਇਆ ਸੀ ਦੱਸਿਆ ਗਿਆ ਹੈ ਕਿ ਇਹ ਨੌਜਵਾਨ ਜਿਹੜਾ ਸੀ ਇਹ ਤਕਰੀਬਨ 1 ਸਾਲ ਪਹਿਲਾਂ ਤਕਰੀਬਨ 5 ਅਪ੍ਰੈਲ 2023 ਨੂੰ ਰੋਜੀ ਰੋਟੀ ਦੇ ਵਾਸਤੇ ਜਿਹੜਾ ਅਨਟਾਰੀਓ ਇਲਾਕਾ ਹੈ ਜੀ ਕੈਨੇਡਾ ਦਾ ਉੱਥੇ ਗਿਆ ਸੀ ਤੇ ਉੱਥੇ ਜਾ ਕੇ ਹੀ ਜਿਹੜਾ ਹਾਰਟ ਅਟੈਕ ਇਸ ਨੂੰ ਆ ਜਾਂਦਾ ਹੈ ਤੇ ਇਸ ਲੜਕੇ ਦੀ ਜਿਹੜੀ ਡੈਥ ਹੋ ਜਾਂਦੀ ਹੈ ਪੰਜਾਬ ਦੇ ਨਾਲ ਜਿਹੜੀ ਬੈਕਗ੍ਰਾਉਂਡ ਹੈ ਜੀ ਥਾਣਾ ਕਲਨੌਰ ਦਾ ਪਿੰਡ ਪੈਂਦਾ ਹੈ ਸ਼ੇਖ ਮੀਰ ਇੱਥੋਂ ਦਾ ਜਿਹੜਾ ਨੌਜਵਾਨ ਸੀ ਰਹਿਣ ਵਾਲਾ ਸੀ ਹੁਣ ਚਲਦੇ ਹਾਂ ਜੀ ਨੈਕਸਟ ਖੋਰ ਉੱਤੇ ਜਿਨ੍ਹਾਂ ਲੋਕਾਂ ਨੇ ਘਰਾਂ ਦੇ ਵਿੱਚ ਕੁੱਤੇ ਵਗੈਰਾ ਰੱਖੇ ਹੋਏ ਜਾਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੁੱਤਾ ਜ਼ਿਆਦਾ ਜਰੀਲਾ ਹੈ ਤਾਂ ਉਸ ਨੂੰ ਜਿਹੜਾ ਹੈ ਜੀ ਸੰਭਾਲ ਕੇ ਰੱਖਿਆ ਜਾਵੇ ਜਿਹੜੀ ਉਸ ਦੀ ਕੇਅਰ ਕੀਤੀ ਜਾਵੇ ਉਸ ਨੂੰ ਬੰਨ ਕੇ ਰੱਖਿਆ ਜਾਵੇ ਤਾਂ ਕਿ ਜਿਹੜਾ ਉਹ ਕਿਸੇ ਨੂੰ ਜ਼ਖਮੀ ਨਾ ਕੀਤਾ ਜਾਵੇ ਹੋਇਆ ਇਸ ਤਰ੍ਹਾਂ ਕਿ 15 ਦਿਨ ਪਹਿਲਾਂ ਇੱਕ ਕੁੱਤਾ ਪਿੱਟ ਬੁੱਲਾ ਜਿਨੇ ਇੱਕ ਛੋਟੀ ਬੱਚੀ ਨੂੰ ਜ਼ਖਮ ਕੀਤਾ ਸੀ ਤਰਨ ਤਰਨ ਦਾ ਇੱਕ ਪਿੰਡ ਪਿੰਦਾ ਹੈ ਜिले ਦਾ ਪਿੰਡ ਤੂੜ ਇਸ ਤੋਂ ਬਾਅਦ ਇੱਕ ਜਿਹੜੀ ਹੋਰ ਘਟਨਾ ਇਸੇ ਪਿੰਡ ਵਿੱਚ ਇਸੇ ਕੁੱਤੇ ਦੇ ਵੱਲੋਂ ਕੀਤੀ ਗਈ ਹੈ ਪਿੱਟਬੁੱਲ ਕੁੱਤੇ ਦੇ ਵੱਲੋਂ ਇਹਨਾਂ ਨੇ ਜਿਹੜੀ ਇੱਕ 4 ਸਾਲਾ ਬੱਚੀ ਸੀ ਜਿਹੜੀ ਕਿ ਗਵਾਂਢ ਦੇ ਵਿੱਚ ਖੇਡ ਰਹੀ ਸੀ ਤੇ ਉਸ ਬੱਚੀ ਨੂੰ ਜਿਹੜਾ ਇਸ ਕੁੱਤੇ ਨੇ ਨੋਚ ਦਿੱਤਾ ਜਿਸ ਤੋਂ ਬਾਅਦ ਹੁਣ ਸ਼੍ਰੀ ਗੋਇੰਦਵਾਲ ਸਾਹਿਬ ਦੀ ਜਿਹੜੀ ਪੁਲਿਸ ਹੈ ਜੀ ਉਹਨਾਂ ਨੇ ਮਾਪੋਤ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਜਿਹੜੀ ਹੈ ਜੀ ਟ੍ਰਾਂਟੋ ਦੇ ਨਾਲ ਸੰਬੰਧਿਤ ਹੈ ਟ੍ਰਾਂਟੋ ਦੇ ਵਿੱਚ ਉੱਥੋਂ ਦੀ ਜਿਹੜੀ ਪੁਲਿਸ ਹੈ ਜੀ ਉਸ ਨੇ ਇੱਕ ਇੰਡੀਅਨ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਕਿਉਂਕਿ ਦੱਸਿਆ ਗਿਆ ਹੈ ਕਿ ਇਸ ਲੜਕੇ ਨੇ ਇੱਕ ਔਰਤ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹ ਔਰਤ ਦੱਸਿਆ ਜਾ ਰਿਹਾ ਹੈ ਕਿ 12:30 ਵਜੇ ਦੇ ਕਰੀਬ ਜਿਹੜਾ ਸੀ 30 ਮਾਰਚ ਦਾ ਦਿਨ ਸੀ ਤੇ ਸਟੇਸ਼ਨ ਦੇ ਨੇੜੇ ਪੈਦਲ ਜਾ ਰਹੀ ਸੀ ਉਦੋਂ ਇਸ ਲੜਕੇ ਨੇ ਉਸ ਦੇ ਬੱਚਿਆਂ ਦੇ ਉੱਤੇ ਟਿੱਪਣੀ ਕੀਤੀ ਤੇ ਇਸ ਤੋਂ ਬਾਅਦ ਉਸ ਔਰਤ ਨੇ ਜਿਹੜਾ ਇਸ ਨੂੰ ਜਵਾਬ ਦਿੱਤਾ ਉਸ ਤੋਂ ਬਾਅਦ ਇਸ ਨੂੰ ਜਿਹੜਾ ਇੱਕਦਮ ਗੁੱਸਾ ਆਉਂਦਾ ਹੈ ਤੇ ਇਹ ਜਿਹੜਾ ਨੌਜਵਾਨ ਹੈ ਜੀ ਹਿੰਸਕ ਹੋ ਜਾਂਦਾ ਹੈ ਤੇ ਉਸਨੇ ਉਸ ਔਰਤ ਦੇ ਲੱਤਾਂ ਵਗੈਰਾ ਮਾਰੀਆਂ ਤੇ ਉਸਦੇ ਸਿਰ ਦੇ ਉੱਤੇ ਕਿਸੇ ਚੀਜ਼ ਦੇ ਨਾਲ ਕਈ ਵਾਰ ਕੀਤੇ ਇਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਹੈ ਜੀ ਹੁਣ ਪੁਲਿਸ ਦੇ ਹੱਥ ਆ ਜਾਂਦਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ